ਲੈ ਵੀ ਦੀਵਾਲੀ ਤੇ ਜੇ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਆ ਤਾਂ ਤੁਹਾਨੂੰ ਗੁਰਪੁਰਬ ਤੱਕ ਬਾਈ ਵਰਿੰਦਰ ਸੰਧੂ ਸੰਧੂ ਜਵੈਲਰਜ ਵਾਲੇ ਪਾਤੜਾਂ ਦੇ ਵਿੱਚ ਇੱਕ ਬਹੁਤ ਕਮਾਲ ਦਾ ਆਫਰ ਦੇਣ ਲੱਗਿਆ 22 ਕੈਰਟ ਸੋਨੇ ਦਾ ਤੁਸੀਂ ਕੋਈ ਵੀ ਫੋਟੋ ਖਿੱਚ ਲਓ ਦੁਨੀਆ ਦੇ ਕਿਸੇ ਵੀ ਥਾਂ ਤੇ ਕੋਈ ਡਿਜ਼ਾਈਨ ਬਣਿਆ ਵਾ 22 ਕੈਰਟ ਦੇ ਵਿੱਚ ਹੋਲ ਮਾਰਕ ਵਾਲਾ ਤੁਹਾਨੂੰ ਸੋਨੇ ਦਾ ਉਹੀ ਡਿਜ਼ਾਈਨ ਬਣਾ ਕੇ ਦੇ ਦੇਣਗੇ ਪਰ ਤੁਹਾਨੂੰ ਮਜ਼ਦੂਰੀ ਆ ਜਿਹੜੀ ਉਹਦੇ ਵਿੱਚ ਬਹੁਤ ਜਿੰਨਾ ਸੋਨਾ ਪਿਛਲੇ 1 ਸਾਲ ਦੇ ਵਿੱਚ ਮਹਿੰਗਾ ਹੋਇਆ ਉਹ ਸਮਝ ਲਓ ਵੀ ਮਹਿੰਗਾਈ ਪਿਛਲੇ 1 ਸਾਲ ਦੀ ਇਹਦੀ ਦੁਕਾਨ ਦਾ ਦਰਵਾਜ਼ਾ ਨਹੀਂ ਟੱਪੀ ਸੰਧੂ ਸਾਹਿਬ ਐਵੇਂ ਹੈ ਨਾ ਗੱਲ ਹਾਂਜੀ ਹਾਂਜੀ ਬਿਲਕੁਲ ਐਵੇਂ ਹੈ ਜੀ ਕਿੰਨਾ 1 ਤੋਲੇ ਮਗਰ ਕਿੰਨਾ ਫਰਕ ਪਾ ਦਿਓਗੇ ਤੁਸੀਂ ਬਾਜ਼ਾਰ ਦੇ ਵਿੱਚ ਜਿਹੜਾ 92 ਵਾਲਾ ਸਮਾਨ 110 ਜਾਂ 7 ਦੇ ਵਿੱਚ ਦੇ ਰਹੇ ਆਪਾਂ 92 ਵਾਲਾ ਸਮਾਨ 103% ਦੇ ਵਿੱਚ ਦੇ ਰਹੇ ਹਾਂ ਜੀ 7% ਲੇਬਰ ਘਟਣ ਨਾਲ 5500 ਰੁਪਏ ਦਾ 1 ਤੋਲੇ ਪਿੱਛੇ ਫਰਕ ਪੈ ਗਿਆ ਜੀ 5500 ਰੁਪਏ ਦਾ ਤੁਹਾਡਾ ਫਾਇਦਾ ਹੋ ਜਾਣਾ 1 ਤੋਲੇ ਦਾ 1 ਤੋਲੇ ਪਿੱਛੇ ਜੀ ਤੇ ਜੇ ਮੰਨ ਕੇ ਚਲੋ ਤੋਲੇ ਲੈਂਦਾ 5 ਫੇਰ ਕਿੰਨਾ ਫਰਕ ਪੈ 5 ਤੋਲੇ ਲੈਣ ਦੇ ਨਾਲ ਆਪਣੀਆਂ 6 ਤੋਲੇ ਦੀਆਂ ਪੰਜੇਬਾਂ ਬਿਲਕੁਲ ਫ੍ਰੀ ਨੇ ਜੀ ਇਹ ਕਿੰਨੇ ਕਦਾਂ ਹੋਣਗੀਆਂ ਇਹ ਅੱਜ ਦੇ ਰੇਟ ਦੇ ਹਿਸਾਬ ਨਾਲ ਮੰਨ ਕੇ ਚੱਲੋ ਵੀ 5800 ਰੁਪਏ ਦੀਆਂ ਹੋ ਗਈਆਂ ਜੀ 5800 ਰੁਪਏ ਦੀਆਂ ਵੀ ਆਪਾਂ ਕਹਿ ਲਗੇ ਵੀ 1200 ਰੁਪਇਆ ਇਹ ਪੈ ਗਿਆ 1 ਤੋਲੇ ਤੇ 1 ਤੋਲੇ ਤੇ ਹਾਂਜੀ ਹਾਂਜੀ ਤਾਂ ਜੇ ਮੰਨ ਲਓ ਵੀ ਤੋਲੇ ਕਰ ਦਿੰਦਾ ਅਗਲਾ 10 ਕੋਈ ਵਿਆਹ ਧਰਿਆ 11 ਤੋਲੇ ਸਮਾਨ ਖਰੀਦਣ ਤੇ ਇਹ ਸੋਨੇ ਦੀ ਮੁੰਦਰੀ ਬਿਲਕੁਲ ਫ੍ਰੀ ਹੈ ਜੀ ਇਹ ਕਿੰਨੇ ਦੀ ਹੈ ਇਹ 12000 ਰੁਪਏ ਦੀ ਹੈ ਜੀ 12000 ਦੀ ਹੈ 1000 ਮਤਲਬ ਇਹ ਤੁਸੀਂ ਘੱਟ ਕਰ ਲਿਆ ਮਤਲਬ 1000 ਤਾਂ 5,057 ਘੱਟ ਕਰਦੇ ਸੀ ਤੁਸੀਂ ਹਾਂਜੀ 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 ਤੇ 6700 ਹੋ ਗਿਆ ਹਾਂਜੀ ਹਾਂਜੀ 6700 ਘੱਟ ਕਰਤਾ ਤੇ ਜੇ ਸੋਨਾ ਮੰਨ ਕੇ ਚਲੋ ਦੋ ਪਰਿਵਾਰ ਇਕੱਠਾ ਖਰੀਦਣਾ ਜੀ 17 ਤੋਲੇ ਸਮਾਨ ਖਰੀਦਣ ਤੇ ਇਹ ਚਾਂਦੀ ਦੀ ਜੁੱਤੀ ਬਿਲਕੁਲ ਫ੍ਰੀ ਹੈ ਜੀ ਜੀ ਹਾਂਜੀ ਤੇ ਜੇ ਮੰਨ ਕੇ ਚਲੋ ਤੁਸੀਂ ਐਂ ਤਾਂ ਨਹੀਂ ਇਤਰਾਜ਼ ਕਰੋਗੇ ਵੀ ਜੇ ਗਾਹਕ ਆ ਗਿਆ ਤੇ ਉਹ ਭਾਵੇਂ 3 ਘਰਾਂ ਨੇ ਸੋਨਾ ਲਿਜਾਣਾ ਨਾ ਨਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਤੇ ਕੁਆਂਟਿਟੀ ਨਾਲ ਹੈ ਜੀ ਜੇ 17 ਤੋਲੇ ਤੁਸੀਂ ਖਰੀਦਣਾ ਆ 3 ਜਣੇ ਰਲ ਕੇ ਵੀ ਖਰੀਦਣਾ ਆ ਇਕੱਠੇ ਆ ਕੇ ਬੈਂਚ ਤੇ ਬਹਿ ਗਏ ਤਾਂ ਸਕੀਮ ਚਾਲੂ ਰਹੂਗੀ ਸਕੀਮ ਚਾਲੂ ਰਹੂਗੀ ਜੀ 2 ਜਣੇ ਆਇਓ ਅਸਲ 'ਚ ਇੱਕ ਪੈਰ ਤਾਂ ਮਿਲ ਜੂਗਾ ਹੈਨਾ ਹਾਂ ਨਹੀਂ ਉਹ ਤਾਂ ਉਹ ਜਿਹਾ ਹਿਸਾਬ ਕਿਤਾਬ ਕੀਤਾ ਜਾਊਗਾ ਤੁਹਾਡੇ ਨਾਲ ਉਵੇਂ ਨਹੀਂ ਆਹ ਚਾਂਦੀ ਦੀ ਬਣੀ ਹੋਈ ਜੁੱਤੀ ਹੈ ਹਾਂਜੀ ਤੇ ਜੇ ਚਾਂਦੀ ਦੀ ਜੁੱਤੀ ਡਾਇਰੈਕਟ ਹੀ ਖਰੀਦਣੀ ਹੋਵੇ ਤੁਹਾਡੇ ਤੋਂ 20 ਤੋਂ 25 ਹਜ਼ਾਰ ਰੁਪਏ ਦੇ ਵਿੱਚ ਇਹਦਾ ਪ੍ਰਾਈਜ਼ ਹੈ ਜੀ ਵੇਟ ਦੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ ਅਗਲਾ ਕਹਿੰਦਾ ਹੁੰਦਾ ਪਹਿਲੀਆਂ ਦੇ ਵਿੱਚ ਸਾਨੂੰ ਇੱਕ ਮਹਾਵਰਾ ਜਾਂਦਾ ਵੀ ਚਾਂਦੀ ਦੀ ਜੁੱਤੀ ਮਾਰੇ ਤੋਂ ਬਿਨਾਂ ਕੰਮ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਉਹ ਆ ਚਾਂਦੀ ਦੀ ਜੁੱਤੀ ਅਸਲ ਦੇ ਵਿੱਚ ਉਹ ਰਿਸ਼ਵਤ ਨੂੰ ਕਹਿੰਦੇ ਹੁੰਦੇ ਸੀ ਨਾ ਚਾਂਦੀ ਦੀ ਜੁੱਤੀ ਮਾਰਨਾ ਉਹ ਮਹਾਵਰਾ ਹੁੰਦਾ ਸੀ ਵੀ ਤੁਹਾਨੂੰ ਆਇਆ ਕਿਤੇ ਆ ਚਾਂਦੀ ਦੀ ਜੁੱਤੀ ਮਾਰਨਾ ਹੁੰਦੀ ਆ ਉਹ ਚਾਂਦੀ ਦੀ ਜੁੱਤੀ ਮੰਨ ਲਓ ਤੇ ਕਈ ਵਾਰੀ ਬਾਈ ਬੰਦੇ ਦੇ ਦਿਮਾਗ 'ਚ ਇਹ ਆ ਜਾਂਦਾ ਸੋਨੇ ਨੂੰ ਲੈ ਕੇ ਬਈ ਕੋਈ ਸੋਨੇ ਦੇ ਵਿੱਚ ਖੋਟ ਨਾ ਹੋਵੇ ਜਿਵੇਂ ਅਗਲਾ ਕਹਿੰਦਾ ਵੀ ਸੁਨਿਆਰਾ ਤਾਂ ਆਪਦੀ ਮਾਂ ਦੇ ਸੋਨੇ 'ਚ ਵੀ ਖੋਟ ਪਾ ਦਿੰਦਾ ਹੁੰਦਾ ਪਹਿਲੀ ਗੱਲ ਤਾਂ ਇਹ ਹੈ ਜੀ ਹਰੇਕ ਸਮਾਨ 'ਤੇ ਹਾਲਮਾਰਕ ਪਾਸ ਹੋਊਗਾ ਸਰਕਾਰੀ ਮੋਹਰਾਂ ਲੱਗੀਆਂ ਹੁੰਦੀਆਂ ਨੇ ਜੀ ਠੀਕ ਹੈ ਜੀ ਹਾਂਜੀ ਉਹਨੂੰ ਆਪਾਂ ਹਰੇਕ ਜਿਹੜੀ ਮੋਹਰ ਲੱਗੀ ਹੁੰਦੀ ਆਪਣੇ ਮੋਬਾਈਲ 'ਤੇ ਵੀ ਚੈੱਕ ਕਰ ਸਕਦੇ ਜਿਹਨੂੰ HUID ਪਾਸ ਕਹਿੰਦੇ ਨੇ ਜੀ ਜੀ BASCARE ਦੀ ਐਪ ਆਉਂਦੀ ਹੈ ਭਾਰਤ ਸਰਕਾਰ ਵੱਲੋਂ ਉੱਥੇ ਆਪਾਂ ਜਾ ਕੇ ਮੋਹਰਾਂ ਚੈੱਕ ਕਰ ਸਕਦੇ ਹਾਂ ਮੋਹਰਾਂ ਚੈੱਕ ਹੋਲ ਮਾਰਕ ਲੱਗਿਆ ਹੋਊਗਾ ਨਿਸ਼ਾਨ ਲੱਗਿਆ ਹੋਊਗਾ ਅਪਰੂਵਡ ਸੋਨਾ ਹੋਊਗਾ ਹਾਂਜੀ ਅਪਰੂਵਡ ਹੋਊਗਾ ਜੀ ਅਪਰੂਵਡ ਸੋਨਾ ਹੋਊਗਾ ਤੇ ਉਹਦਾ ਬਕਾਇਦਾ ਬਿੱਲ ਮਿਲੂਗਾ ਬਿੱਲ ਬਕਾਇਦਾ ਮਿਲੂਗਾ ਜੀ ਬਕਾਇਦਾ ਬਿੱਲ ਆ ਜਿਹੜਾ ਉਹ ਮਿਲੂਗਾ ਤੇ ਇਹ ਆਫਰ ਕਿੰਨੇ ਚਿਰ ਵਾਸਤੇ ਹੈ ਗੁਰਪੁਰਬ ਤੱਕ ਹੈ ਜੀ ਇਹ ਆਫਰ ਗੁਰਪੁਰਬ ਤੋਂ ਬਾਅਦ ਫਿਰ ਆਮ ਦੁਕਾਨਾਂ ਦੇ ਲੇਬਰ ਤੇ ਜਿਹੜੀ ਆਪਣੀ ਘੱਟ ਹੈਗੀ ਹੈਗੀ ਜਿਹੜੀ ਆ ਆਫਰ ਨਾਲ ਦੇ ਰਿਹਾ ਇਹ ਗੁਰਪੁਰਬ ਤੱਕ ਹੈ ਜੀ ਇਹ ਗੁਰਪੁਰਬ ਤੱਕ ਆ ਤੇ ਐਡਰੈਸ ਤੁਸੀਂ ਨੋਟ ਕਰ ਲਓ ਬਾਈ ਜੀ ਹੁਣੀ ਹੈਗੇ ਪਾਤੜਾਂ ਦੇ ਵਿੱਚ ਸੰਧੂ ਜਵੈਲਰਜ ਵਾਲੇ ਬਾਈ ਆਹ ਮਾਰਕੀਟ ਕਿਹੜੀ ਹੈ ਸਰੂਪ ਮਾਰਕੀਟ ਜੀ ਪੁਰਾਣਾ ਬੱਸ ਸਟੈਂਡ ਜੀ ਪੁਰਾਣੇ ਬੱਸ ਸਟੈਂਡ ਦੇ ਬਿਲਕੁਲ ਕੋਲੇ ਆ ਜੇ ਤੁਸੀਂ ਗੱਡੀ ਖੜਾਉਣੀ ਆ ਤਾਂ ਪੁਰਾਣੇ ਬੱਸ ਸਟੈਂਡ ਦੇ ਵਿੱਚ ਖੜ ਜਾਂਦੀ ਆ ਤੇ ਜੇ ਤੁਸੀਂ ਆਉਣਾ ਤਾਂ ਸਰੂਪ ਮਾਰਕੀਟ ਦੇ ਵਿੱਚ ਸੰਧੂ ਜਵੈਲਰਜ ਵਾਲੇ ਦੇ ਆ ਸਕਦੇ ਆ ਵੀਰੇ ਦਾ ਨੰਬਰ ਕਰ ਲਓ ਨੋਟ ਫੋਨ ਕਰ ਲਿਓ ਤੁਹਾਨੂੰ ਲੋਕੇਸ਼ਨ ਭੇਜ ਦੇਣਗੇ ਹਾਂਜੀ